ਜਿਵੇਂ ਕਿ ਸਭ ਨੂੰ ਪਤਾ ਹੈ ਕਿ ਕਰੋਨਾ ਨੇ ਸਾਰੇ ਦੇਸ਼ਾਂ ਵਿੱਚ ਕਹਿਰ ਮਚਾ ਰੱਖਿਆ ਹੈ। ਇਸ ਕਰੋਨਾ ਨੇ ਪੂਰੀ ਦੁਨੀਆ ਵਿੱਚ ਲੋਕਾਂ ਨੂੰ ਆਪਣੇ ਆਪਣੇ ਘਰਾਂ ਵਿੱਚ ਕੈਦ ਕਰ ਦਿੱਤਾ ਹੈ, ਜਿਸ ਦੇ ਫਲਸਰੂਪ ਕੁਦਰਤ ਵਿੱਚ ਵੀ ਬਹੁਤ ਵੱਡਾ ਬਦਲਾਅ ਨਜ਼ਰ ਆਇਆ ਹੈ ਤੇ ਜਾਨਵਰਾਂ ਅਤੇ ਪੰਛੀਆਂ ਨੂੰ ਵੀ ਆਜ਼ਾਦ ਘੁੰਮਣ ਅਤੇ ਉੜਨ ਦਾ ਮੌਕਾ ਮਿਲਿਆ। ਪਰ ਇਸ ਦੇ ਚੱਲਦੇ ਚੱਲਦੇ ਕਰੋਨਾ ਹੀ ਨਹੀਂ ਹੋਰ ਕਈ ਆਫਤਾਂ ਨੇ ਵੀ ਇਨਸਾਨੀਅਤ ਨੂੰ ਪਰੇਸ਼ਾਨ ਕੀਤਾ ਹੈ। ਸਾਊਦੀ ਅਰਬ ਵਿੱਚ ਸੁਪਰਮਾਰਕਿਟ ਚੋਂ ਕਾਂ ਇਨਸਾਨਾਂ ਨੂੰ ਬਾਹਰ ਨਹੀਂ ਨਿਕਲਣ ਦੇ ਰਹੇ। ਕੀ ਇਹ ਦੁਨੀਆ ਦੇ ਖਾਤਮੇ ਦੀ ਸ਼ੁਰੂਆਤ ਹੈ? ਤੁਸੀਂ ਮੰਨੋ ਚਾਹੇ ਨਾ, ਪਰ ਸਾਡਾ ਮੰਨਣਾ ਤਾਂ ਇਹ ਹੈ ਕਿ ਰੱਬ ਇਨਸਾਨਾਂ ਨਾਲ ਨਾਰਾਜ਼ ਹੈ। ਪਹਿਲਾਂ ਕਰੋਨਾ, ਫਿਰ ਟਿੱਡੀਆਂ ਦਾ ਹਮਲਾ ਤੇ ਹੁਣ ਸਾਊਦੀ ਅਰਬ ਵਿੱਚ ਇਹ ਕਾਂ। ਜਾਣਾ ਚਾ ਰਹੀ ਹੈ ਜੋ ਅਸੀਂ ਸਮਝ ਨਹੀਂ ਪਾ ਰਹੇ ਹਾਂ। ਅਜੇ ਵੀ ਵਕਤ ਹੈ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਕੁਦਰਤ ਤੋਂ ਉੱਪਰ ਕੁਝ ਨਹੀਂ ਹੈ। ਸਾਨੂੰ ਇੱਕ ਸਾਦਾ ਜੀਵਨ ਜੀਣਾ ਚਾਹੀਦਾ ਹੈ ਤੇ ਸਭ ਨਾਲ ਪਿਆਰ ਨਾਲ ਰਹਿਣਾ ਚਾਹੀਦਾ ਹੈ ਤੇ ਕੁਦਰਤ ਵੱਲੋਂ ਬਣਾਈ ਚੀਜ਼ਾਂ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ। ਤੁਹਾਡੀ ਕੀ ਰਾਏ ਹੈ ਇਸ ਬਾਰੇ? ਆਪਣੇ ਸੁਝਾਅ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ।